ਭਾਜੀ ਆਵਾਜ਼ ਪੰਜਾਬ ਦੀ ਜੀ ਯਾਦ ਹੈ ਕੁਛ ਯਾਦ ਆ ਆਵਾਜ਼ ਪੰਜਾਬ ਦੀ ਐਮ ਐਚ 1 ਦਾ ਇੱਕ ਐਸਾ ਰਿਐਲਿਟੀ ਸ਼ੋਅ ਜਿਹਨੇ ਪੰਜਾਬ ਨੂੰ ਸਿੰਗਿੰਗ ਦੇ ਵੱਡੇ ਵੱਡੇ ਸਟਾਰ ਦਿੱਤੇ ਨੇ ਜੱਸੀ ਭਾਜੀ ਦੀ ਇੱਕ ਬਹੁਤ ਹੀ ਵਧੀਆ ਯਾਦ ਜੁੜੀ ਹੈ ਵਧੀਆ ਮੈਂ ਤਾਂ ਕਹੂੰਗਾ ਕਿਉਂਕਿ ਤਜਰਬਾ ਹੁੰਦਾ ਭਾਜੀ ਜ਼ਿੰਦਗੀ ਦਾ ਜੱਸੀ ਭਾਜੀ ਉਸ ਸ਼ੋਅ ਦੇ ਵਿੱਚ ਆਡੀਸ਼ਨ ਦੇਣ ਆਏ ਸੀ ਚੇਤੇ ਭਾਜੀ ਤੁਹਾਨੂੰ ਮੇਰੀ ਯਾਦ ਆ ਚੰਗੀ ਤਰ੍ਹਾਂ ਕਿਉਂਕਿ ਉੱਥੇ ਉੱਥੇ ਦੀ ਯਾਦਾਂ ਐਵੇਂ ਦੀਆਂ ਨੇ ਕਿ ਇੱਕ ਤਾਂ ਹੁੰਦੀ ਹੈ ਵੀ ਤੁਸੀਂ ਤੁਹਾਨੂੰ ਖੁਸ਼ੀ ਵਾਲੀ ਯਾਦ ਹੁੰਦੀ ਹੈ ਵੀ ਤੁਸੀਂ ਕਦੇ ਭੁੱਲ ਨਹੀਂ ਸਕਦੇ ਇੱਕ ਮਾੜੀ ਯਾਦ ਹੁੰਦੀ ਉਹ ਵੀ ਨਹੀਂ ਭੁੱਲ ਸਕਦਾ ਮੇਰੇ ਨਾਲ ਮਾੜੀ ਯਾਦ ਜੁੜੀ ਹੈ ਉੱਥੇ ਨਹੀਂ ਹੋਇਆ ਸੀ ਭਾਜੀ ਜਿਹੜੀ ਮੈਂ ਕਦੇ ਨਹੀਂ ਭੁੱਲ ਸਕਦਾ ਕੀ ਹੋਇਆ ਕਿਉਂਕਿ ਮੈਨੂੰ ਲੱਗਦਾ ਆਵਾਜ਼ ਪੰਜਾਬ ਦੀ ਸੀਜ਼ਨ 2 ਸੀਗਾ ਉਸ ਟਾਈਮ ਅਤੇ ਕਰੇਜ਼ ਬਹੁਤ ਜ਼ਿਆਦਾ ਸੀਗਾ ਆਵਾਜ਼ ਪੰਜਾਬ ਦੀ ਦਾ ਅਤੇ ਉਸ ਟਾਈਮ ਆਡੀਸ਼ਨ ਸੀਗਾ ਲੁਧਿਆਣੇ ਅਤੇ ਮੈਂ ਫੋਰਮ ਫਿੱਲ ਕੀਤਾ ਔਨਲਾਈਨ ਵੀ ਫਿੱਲ ਕੀਤਾ ਉੱਥੇ ਵੀ ਇੱਕ ਫੋਨ ਕਾਲ 'ਤੇ ਵੀ ਹੁੰਦਾ ਸੀ ਉਹ ਵੀ ਕਰਕੇ ਭੇਜਿਆ ਅਤੇ ਉਹਨਾਂ ਦੀ ਕਾਲ ਆਈ ਆਡੀਸ਼ਨ ਸੀਗਾ ਇੱਕ ਦਿਨ ਬਾਅਦ ਦਾ ਉਹਨਾਂ ਨੇ ਫੋਨ ਕਰਕੇ ਬੁਲਾ ਲਿਆ ਕਿ ਅਗਰ ਤੁਸੀਂ ਅੱਜ ਆ ਸਕਦੇ ਹੋ ਤਾਂ ਆ ਜਾਓ ਤੁਸੀਂ ਲੁਧਿਆਣੇ ਦੇ ਨੇੜੇ ਹੋ ਕਿਉਂਕਿ ਬਹੁਤ ਇਕੱਠ ਹੋ ਜਾਂਦਾ ਉੱਥੇ ਆਇਆ ਨਹੀਂ ਜਾਣਾ ਹੈਗਾ ਤਾਂ ਮੈਨੂੰ ਲੱਗਦਾ ਕੋਈ ਮਜ਼ਾਕ ਕਰ ਰਿਹਾ ਕਿਉਂਕਿ ਮੈਂ ਬਹੁਤ ਫਰੈਂਡਸ ਨੂੰ ਦੱਸਿਆ ਹੋਇਆ ਸੀਗਾ ਕਿ ਮੈਂ ਜਾਣਾ ਆਵਾਜ਼ ਪੰਜਾਬ ਦੀ ਆਡੀਸ਼ਨ ਦੇਣ ਅਤੇ ਮੈਨੂੰ ਲੱਗਾ ਕੋਈ ਮਜ਼ਾਕ ਕਰਦਾ ਮੈਂ ਉਸ ਦਿਨ ਗਿਆ ਨੀਗਾ ਅਤੇ ਮੈਂ ਨੈਕਸਟ ਡੇ ਗਿਆ ਮੈਂ ਦੇਖਿਆ ਉੱਥੇ ਰਸ਼ ਬਹੁਤ ਉਸ ਦਾ ਖੜ੍ਹਨ ਨੂੰ ਜਗ੍ਹਾ ਨਹੀਂ ਕਿਉਂਕਿ ਗਰਮੀਆਂ ਦੇ ਵਿੱਚ ਮੈਨੂੰ ਲੱਗਦਾ ਆਡੀਸ਼ਨ ਸੀਗਾ ਉਹ ਅਤੇ ਧੁੱਪ ਇੰਨੀ ਲੋਕ ਚੱਕਰ ਖਾ ਕੇ ਗਿਰ ਰਹੇ ਨੇ ਉੱਥੇ ਮਾਸ਼ਾਅੱਲਾ ਸ਼ੋਅ ਵੀ ਬਹੁਤ ਹਿੱਟ ਸੀਗਾ ਬਹੁਤ ਹਿੱਟ ਸੀ ਹਾਂਜੀ ਸ਼ੌਕ ਸੀ ਲੋਕਾਂ ਨੂੰ ਬਹੁਤ ਜ਼ਿਆਦਾ ਕਰੇਜ਼ ਸੀ ਉਸ ਟਾਈਮ ਅਤੇ ਮੈਂ ਆਡੀਸ਼ਨ ਦਿੱਤਾ ਆਡੀਸ਼ਨ ਦੇਣ ਤੋਂ ਬਾਅਦ ਮੈਂ ਰਿਜ਼ਲਟ ਦੀ ਵੇਟ ਕਰ ਰਿਹਾ ਖੜ੍ਹਾ ਅਤੇ ਹਜੇ ਮੇਰੀ ਚਲੋ ਸੁੱਖ ਨਾਲ ਮੈਂ ਸਵੇਰੇ ਸਾਜਰੇ ਜਾ ਕੇ ਖੜ੍ਹਾ ਹੋ ਗਿਆ ਸੀਗਾ ਮੇਰੀ ਵਾਰੀ ਜਲਦੀ ਆ ਗਈ ਜਿਨ੍ਹਾਂ ਦੀ ਵਾਰੀ ਨਹੀਂ ਆਈ ਮੈਂ ਰਿਜ਼ਲਟ ਦੀ ਵੇਟ ਕਰ ਰਿਹਾ ਬਾਰੇ ਹਜੇ ਹੋਰ ਪਤਾ ਨਹੀਂ ਕਿੰਨੀ ਹਜ਼ਾਰਾਂ ਲੋਕ ਲਾਈਨ ਦੇ ਵਿੱਚ ਆਡੀਸ਼ਨ ਦੇਣ ਨੂੰ ਖੜ੍ਹੇ ਆ ਅਤੇ ਉੱਧਰੋਂ ਹਨੇਰਾ ਹੋਣ ਵਾਲਾ ਹੋ ਗਿਆ ਜੀ ਹਨੇਰਾ ਹੋਣ ਵਾਲਾ ਕਿ ਉਹਨਾਂ ਨੇ ਕਹਿਤਾ ਵੀ ਬਸ ਹੁਣ ਕਰ ਨਹੀਂ ਸਕਦੇ ਕੋਈ ਹਨੇਰਾ ਹੋ ਗਿਆ ਬਹੁਤ ਇੰਨੇ ਜਾਣਿਆਂ ਨੂੰ ਅਸੀਂ ਉਹਨਾਂ ਨੇ ਬੰਦ ਕਰਤਾ ਗੁਰੂ ਨਾਨਕ ਦੇਵ ਭਵਨ ਸੀਗਾ ਅਤੇ ਹੁਣ ਤੁਹਾਨੂੰ ਪਤਾ ਜਦੋਂ ਲੋਕ ਇੰਨੀ ਦੇਰ ਤੋਂ ਸਵੇਰੇ ਵੇਟ ਕਰ ਰਹੇ ਸੀਗੇ ਨਹੀਂ ਸੁਣਦੀ ਕਿਸੇ ਦੀ ਉਹਨਾਂ ਨੇ ਫਿਰ ਕੀ ਕੀਤਾ ਉਹਨਾਂ ਨੇ ਚੱਕ ਕੇ ਇੱਟਾਂ ਕੁਰਸੀਆਂ ਗੁਰੂ ਨਾਨਕ ਦੇਵ ਭਵਨ ਦੇ ਸ਼ੀਸ਼ੇ ਬੰਨਤੇ ਇੱਧਰ ਯਾਰ ਉਨੀ ਖੜੇ ਰਿਜ਼ਲਟ ਦਾ ਵੇਟ ਕਰਦੇ ਸੀਗੇ ਹੁਣ ਸਾਨੂੰ ਡੰਡਾ ਸਾਡੇ 'ਤੇ ਫੇਰਦਾ ਸਾਨੂੰ ਭੱਜਣ ਤੋਂ ਸਾਨੂੰ ਭੱਜਣ ਨੂੰ ਰਾਹ ਨਹੀਂ ਲੱਭਿਆ ਉੱਥੋਂ ਅਤੇ ਮੈਂ ਤਾਂ ਰਿਜ਼ਲਟ ਦੇਖਿਆ ਹੀ ਨਹੀਂ ਮੈਂ ਕਿਹਾ ਚਲੋ ਡੰਡੇ ਦਾ ਮੈਂ ਉੱਥੇ ਗੱਡੀਆਂ ਗੁੱਡੀਆਂ ਤੋਂ ਉਹਲੇ ਹੋ ਕੇ ਬਚਿਆ ਮੇਰੇ ਨਾਲ ਮੇਰੇ ਪਿੰਡ ਤੋਂ ਗਏ ਸੀ ਦੋ ਤਿੰਨ ਮੁੰਡੇ ਅਸੀਂ ਤਾਂ ਬੱਸ ਫੜੀ ਸਿੱਧਾ ਪਿੰਡ ਮੈਂ ਨਹੀਂ ਦੇਖਿਆ ਮੁੜ ਕੇ ਨਾ ਮੈਂ ਪੁੱਛਿਆ ਵੀ ਰਿਜ਼ਲਟ ਕੀ ਆ ਕੀ ਨਹੀਂ ਮੈਂ ਕਿਹਾ ਠੀਕ ਹੈ ਜੀ ਡੰਡਿਆਂ ਤੋਂ ਬਚ ਗਏ ਉਹ ਠੀਕ ਆ ਭਾਜੀ ਇਹ ਵੀ ਗਿਆ ਸੀ ਤੁਹਾਨੂੰ ਪਤਾ ਇਹ ਬਹੁਤ ਅੱਛਾ ਗਾਂਦਾ ਹੈ ਇਹ ਬਹੁਤ ਅੱਛਾ ਗਾਂਦਾ ਹਾਂ ਬਹੁਤ ਅੱਛਾ ਗਾਂਦਾ ਹੈ ਇਹ ਬਹੁਤ ਅੱਛਾ ਗਾਂਦਾ ਹੈ ਸ਼ਕਲ ਦੱਸਦੀ ਹੈ ਕਿ ਬਹੁਤ ਅੱਛਾ ਗਾਂਦਾ ਹੈ ਦੋਸਤੋ ਆਵਾਜ਼ ਪੰਜਾਬ ਦੀ ਦਾ ਆਡੀਸ਼ਨ ਦਿੱਤਾ ਭਾਜੀ ਨੇ ਲਾਈਨ ਦੇ ਵਿੱਚ ਲੱਗ ਕੇ ਆਡੀਸ਼ਨ ਦਿੱਤਾ ਉਹਦੀ ਮੈਮਰੀ ਸ਼ੇਅਰ ਕੀਤੀ ਜਿਹੜੇ ਜੱਸੀ ਗਿੱਲ ਨੇ ਇੱਕ ਸਮਾਂ ਲਾਈਨ 'ਚ ਲੱਗ ਕੇ ਸਿੰਗਿੰਗ ਦੇ ਹੀ ਟਰਾਈ ਕੀਤਾ ਸੀ ਅੱਜ ਜਿੱਥੇ ਵੀ ਜੱਸੀ ਗਿੱਲ ਖੜਾ ਹੁੰਦਾ ਉੱਥੇ ਪਿੱਛੇ ਲੋਕਾਂ ਦੇ ਲਾਈਨਾਂ ਲੱਗ ਜਾਂਦੀਆਂ ਨੇ ਇਹਨੂੰ ਕਹਿੰਦੇ ਨੇ ਤਕਦੀਰ ਦਾ ਗੇੜ ਇਹਨੂੰ ਕਹਿੰਦੇ ਨੇ ਮਿਹਨਤ ਇਹਨੂੰ ਕਹਿੰਦੇ ਆ ਸਟਰਗਲ ਅਤੇ ਇਹਨੂੰ ਕਹਿੰਦੇ ਆ ਸਟਾਰਡਮ